ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ। ਤੇ ਅੱਜ ਅਸੀਂ ਚੱਲੇ ਆਂ ਡਾਕਟਰ ਕੋਲ। ਮੈਨੂੰ ਨਾ ਮੇਰੀ ਆ ਅੱਖ ਤੋਂ ਕਈ ਵਾਰ ਪ੍ਰੋਬਲਮ ਜੀ ਆ ਜਾਂਦੀ ਆ, ਇਸ ਈਅਰ ਦੇ ਵਿੱਚ ਆਉਣ ਲੱਗੀ ਆ। ਸੋ ਅੱਜ ਮੰਮੀ ਕਹਿੰਦੇ ਕਿ ਤੁਸੀਂ ਜਾ ਕੇ ਦਿਖਾ ਕੇ ਆਓ ਅੱਖ। ਇਲੂਮੀਨਾਟੀ ਨਾ ਬਣ ਜੀ, ਅੱਖ ਵਾਲੀ ਹੋ। ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਬਾਅਦ ਵਿੱਚ ਦੱਸਦੀ ਆ ਕੀ ਹੁੰਦਾ। ਹੁਣ ਮੈਂ ਗੇਟ ਖੋਲਿਆ, ਚਲੋ ਚੱਲੀਏ ਜੀ, ਫਿਰ ਡਾਕਟਰ ਵੀ ਨਾ ਚਲਾ ਜਾਵੇ ਜੀ। ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਮੈਨੂੰ ਐਗਜ਼ੈਕਟ ਪ੍ਰੋਬਲਮ ਕੀ ਆ। ਇਹ ਨਾ ਮੈਨੂੰ 6ਵੀਂ 7ਵੀਂ ਵਾਰ ਹੋਇਆ ਇਸੇ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਹੋਣ ਲੱਗਿਆ ਸੀ। ਮੈਨੂੰ ਮੇਰੀ ਰਾਈਟ ਅੱਖ ਤੋਂ ਨਾ ਕਈ ਵਾਰ ਮੈਨੂੰ ਦੱਸਣਾ ਵੀ ਨਹੀਂ ਆਉਂਦਾ ਦੂਜੇ ਬੰਦੇ ਨੂੰ, ਜਦੋਂ ਮੈਂ ਇਹਨਾਂ ਨੂੰ ਦੱਸਦੀ ਆ ਵੀ ਮੈਨੂੰ ਕਿਵੇਂ ਲੱਗ ਰਿਹਾ, ਇੱਕੋ ਲੱਖ ਤੋਂ ਸਟਾਰਟ ਹੋ ਜਾਂਦਾ ਹੈਗਾ। ਨਹੀਂ ਤਾਂ ਮੈਂ ਘਰੇ ਆਪਰੇਸ਼ਨ ਕਰ ਦੇਣਾ। ਇੱਕ ਦਿਨ ਅਸੀਂ ਭੂਆ ਜੀ ਦੇ ਘਰੇ ਜਾਣਾ ਸੀ, ਉਸ ਦਿਨ ਵੀ ਹੋ ਗਿਆ। ਮੈਨੂੰ ਇੰਨਾ ਕੁ ਬੁਰਾ ਫੀਲ ਹੁੰਦਾ ਜਦੋਂ ਐਵੇਂ ਹੁੰਦਾ, ਨਾ ਤਾਂ ਮੈਨੂੰ ਚੰਗੀ ਤਰ੍ਹਾਂ ਦਿਖਦਾ ਹੀ ਆ, ਹਨਾ, ਤੇ ਇੱਕ ਪਾਸੋਂ ਨਹੀਂ ਦਿਖਦਾ ਹੈਗਾ। ਐਵੇਂ ਨਹੀਂ ਕਹਿ ਸਕਦੇ ਵੀ ਜਮਾ ਦਿਖਣੋ ਬੰਦ ਹੋ ਜਾਂਦਾ, ਐ ਜ਼ਿਗ-ਜ਼ੈਗ ਜਿਹਾ ਆਈ ਜਾਂਦਾ। ਇਹ ਉਹ ਸਾਰਿਆਂ ਨੂੰ ਹੁੰਦਾ। ਨਹੀਂ ਜੀ, ਅੱਗੇ ਸੁਣੋ, ਜਿਹੜੇ ਅਮੀਬਾ ਫਿਰ ਮੇਰਾ ਆਹ ਜਿਹੜਾ ਇਧਰਲਾ ਬ੍ਰੇਨ ਦਾ ਪਾਰਟ ਆ ਨਾ, ਇਹ ਵੀ ਮੈਨੂੰ ਦੁਖਦਾ ਥੋੜਾ ਥੋੜਾ, ਤੇ ਮੈਨੂੰ ਆਪਦੇ ਆਪ ਨੂੰ ਇੰਨਾ ਜ਼ਿਆਦਾ ਬੁਰਾ ਲੱਗ ਰਿਹਾ ਹੁੰਦਾ ਵੀ ਮੈਂ ਕਿਵੇਂ ਕੀ ਕਹਾਂ। ਨਾ ਹੀ ਮੈਨੂੰ ਇਧਰਲੀ ਅੱਖ ਤੋਂ ਦਿਖ ਰਿਹਾ ਹੁੰਦਾ, ਪਰ ਉਹ ਵੀ ਮੈਨੂੰ ਐਂ ਲੱਗਦਾ ਵੀ ਚੰਗੀ ਤਰ੍ਹਾਂ ਨਹੀਂ ਦਿਖ ਰਿਹਾ ਹੈਗਾ। ਤੋਂ ਮੈਨੂੰ ਅੱਜ ਤੱਕ ਆਈਸ ਦੀ ਕੋਈ ਪ੍ਰੋਬਲਮ ਨਹੀਂ ਸੀਗੀ, ਤੇ ਅੱਜ ਮੈਨੂੰ ਦੁਪਹਿਰੇ ਫੇਰ ਐਵੇਂ ਹੋ ਗਿਆ। ਤੇ ਫਿਰ ਮੰਮੀ ਕਹਿੰਦੇ ਕਿ ਅੱਜ ਹੀ ਦਿਖਾ ਕੇ ਆਓ, ਅੰਗਲ ਸੁੱਤਾ ਪਿਆ ਸੀਗਾ ਮੇਰੇ ਨੂੰ ਅੰਗਲ। ਹੁਣ ਠੀਕ ਆ, ਹੁਣ ਤਾਂ ਦਿਖ ਰਿਹਾ, ਹੁਣ ਠੀਕ ਹੋ ਗਿਆ। ਆਈਆਂ ਜੀ, 1-2 ਘੰਟਿਆਂ ਬਾਅਦ ਠੀਕ ਹੋ ਜਾਂਦਾ, ਉਹ ਇਫੈਕਟ ਚਲਾ ਜਾਂਦਾ। ਇਹ ਮੈਨੂੰ ਕਹਿਣਗੇ ਤੂੰ ਉੱਪਰ ਦੇਖ, ਉਹ ਆ ਰਿਹਾ। ਜਿੱਦਣ ਨੂੰ ਮੈਂ ਦੇਖਦੀ ਦਿਖਣ ਵਾਟਿਆਂ ਦੀ ਮੇਰੇ ਚ ਵੱਜੀ ਜਾਂਦੀ ਸੀ, ਮਾਹ ਯਾਰ ਉਧਰੋਂ ਕਿ ਤੁਰਾਂ ਬਦਾ। ਆ ਥੋੜਾ ਜਿਹਾ ਇਹਨਾਂ ਨੇ ਉਹ ਕਰਤਾ, ਫਿਰ ਕੰਧ ਚ ਵੱਜੀ। ਮੈਂ ਕੁੰਡਾ ਖੋਲਣ ਨੂੰ ਗਿਆ, ਹੋਰ ਹੀ ਥੱਲੇ ਹੱਥ ਮਾਰੀ ਜਾਵੇ, ਕੁੰਡੀ ਉੱਪਰ ਦੇ ਗਈ। ਮੈਂ ਅੱਖ ਬੰਦ ਵੀ ਕਰੀ ਜਾਵਾਂ ਤਾਂ ਵੀ ਨਹੀਂ ਉਹ ਹਟਦਾ। ਦੇਖੋ ਯਾਰ, ਮਾੜਾ ਜਿਹਾ ਹੀ ਆ ਇਹ ਜੀ। ਤੁਸੀਂ ਐਂ ਦੱਸੋ, ਅੱਖ ਬੰਦ ਕਰਕੇ ਕਿਵੇਂ ਹੋ ਸਕਦਾ? ਦੇਖੋ ਮੈਂ ਅੱਖ ਤੇ ਹੱਥ ਰੱਖ ਲੂੰਗੀ ਵੀ ਇਹ ਅੱਖ ਤੋਂ ਪ੍ਰੋਬਲਮ ਆ, ਮੈਨੂੰ ਫਿਰ ਵੀ ਗਲਤ ਦਿਖ ਰਿਹਾ ਹੁੰਦਾ। ਹਾਂਜੀ, ਸੋ ਅੱਜ ਦੇਖਦੇ ਹਾਂ ਨਜ਼ਰੀਆ ਗਲਤ ਦੇਖਦੇ ਡਾਕਟਰ ਕੋਲ ਜਾ ਕੇ ਕੀ ਪ੍ਰੋਬਲਮ ਆ। ਕਦੋਂ ਆਈ ਕੇਅਰ ਸੈਂਟਰ ਦੇ ਵਿੱਚ ਸ਼ਰਨ ਦੀ ਅੱਖਾਂ ਦਿਖਾਈਆਂ, ਉਹ ਕਹਿੰਦੇ ਅੱਖਾਂ ਤਾਂ ਤੇਰੀਆਂ ਸਹੀ ਨੇ, ਕਹਿੰਦੇ ਆਪਣਾ ਬੀਪੀ ਚੈੱਕ ਕਰ ਲਿਆ ਕਰੋ, ਕਹਿੰਦੇ ਜੇ ਉਹ ਕਈ ਵਾਰ ਆਵੇ ਤਾਂ ਕਈ ਵਾਰ ਬੀਪੀ ਘਟਿਆ ਹੁੰਦਾ ਵੀ ਉਸੇ ਟਾਈਮ ਚੈੱਕ ਕਰੋ ਬੀਪੀ, ਵੀ ਉਦੋਂ ਹੀ ਆਵੋ ਜਾਂ ਫਿਰ ਚੈੱਕ ਕਰਾਉਣ। ਹਾਂ, ਕਿ ਫਿਰ ਉਹ ਟੈਂਪਰੇਰੀ ਚੀਜ਼ ਚਲੀ ਜਾਂਦੀ, ਚੈੱਕ ਕਰਾਉਣ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਜਾਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ। ਬਸ ਉਹਨਾਂ ਨੇ ਦੋ ਦਵਾਈਆਂ ਹੀ ਦਿੱਤੀਆਂ, ਇੱਕੋ ਕਹਿੰਦੇ ਪ੍ਰੋਟੀਨ ਘੱਟ ਖਾ ਸ਼ਰਨ ਨੂੰ, ਕਹਿੰਦੇ ਪ੍ਰੋਟੀਨ ਤਾਂ ਪਹਿਲੇ ਹੀ ਨਹੀਂ ਖਾਂਦੀ, ਉਹ ਸਾਗ 'ਚ ਇੰਨਾ ਪ੍ਰੋਟੀਨ ਹੁੰਦਾ, ਉਹਨਾਂ ਨੂੰ ਸਪੈਸ਼ਲ ਹੈਗਾ, ਕਹਿੰਦੇ ਸਾਗ ਘੱਟ ਖਾਓ। ਸਾਗ ਦੇ ਵਿੱਚ ਹੋ ਜਾਂਦਾ ਜੀ, ਸਾਗ ਨਾਲ ਬਹੁਤ ਜਾਣੇ ਨੂੰ ਪ੍ਰੋਬਲਮ ਹੁੰਦੀ ਆ। ਪਤਾ ਨਹੀਂ ਬੀਬੀ ਕਹਿੰਦੇ ਹੁੰਦੇ ਵੀ ਜੇ ਸਾਗ ਵੱਧ ਖਾਣਾ ਵੀ ਮੈਂ ਬੈਬੂ ਜੀ ਹੁੰਦੀ ਆ। ਹਾਂ, ਬੈਬੂ ਆਈ ਕਹਿੰਦੇ ਹੁੰਦੇ ਨੇ, ਉਹ ਕਹਿੰਦੇ ਵੀ ਆਪਣਾ ਬੀਪੀ ਚੈੱਕ ਕਰਿਓ, ਨੈਕਸਟ ਟਾਈਮ ਜੇ ਹੋਊਗਾ। ਪਰ ਇਹ ਹੁੰਦਾ ਹੀ ਮਤਲਬ ਮਾੜਾ ਘੰਟਾ ਹੁੰਦਾ ਇੱਕ ਅੱਧੇ ਮਹੀਨੇ ਬਾਅਦ, ਤਾਂ 2 ਘੰਟੇ ਵੀ ਰਹਿੰਦਾ ਜੀ। ਤੇ ਉਸ ਟਾਈਮ ਮੈਨੂੰ ਪਤਾ ਵੀ ਮੈਨੂੰ ਕਿੰਨਾ ਬੁਰਾ ਫੀਲ ਹੁੰਦਾ ਮੇਰੇ ਬ੍ਰੇਨ ਨੂੰ ਤੇ ਮੇਰੀ ਅੱਖ ਨੂੰ, ਚਾਹੇ ਜੇ ਮੈਂ ਕਵਰ ਕਰੀ ਜਾਊਂ, ਮੈਂ ਤਾਂ ਅੰਗਦ ਵੀ ਪੂਰਾ ਨਹੀਂ ਦਿਖਦਾ ਚੰਗੀ ਤਰ੍ਹਾਂ। ਅੱਛਾ, ਮੈਂ ਦਵਾਤੀ ਦਵਾਈ ਹੁਣ ਤਾਂ ਤੈਨੂੰ, ਮੈਂ ਤਾਂ ਉੱਥੇ ਤਾਂ ਯਾਰ ਮਿੰਟ ਜਿਹਾ 2 ਲਾਈਨਾਂ ਪੜਤੀਆਂ ਜਿਹੜੀਆਂ ਉਹਨਾਂ ਨੇ ਕਹਾ, ਯਾਰ ਮੈਨੂੰ ਨਾ ਛੱਡ, ਜੇ ਮੇਰੀ ਐਨਕ ਲਾ ਕੇ ਪੜੇ ਮੈਂ ਤਾਂ ਉੱਪਰ ਲੀਆਂ ਤੋਂ ਪੜੇ। ਮੈਂ ਕਰੀਆ, ਮੈਂ ਡਾਕਟਰ ਮੇਰੇ ਆ ਕੇ ਤੂੰ ਲਾ ਰਹੇ, ਮੈਂ ਤਾਂ ਉਹੀ ਦੇਖ ਉਹ ਦੇਖਦੇ ਸੀ ਵੀ ਨਿਗਾ ਨੁਗਾ ਘੱਟ ਤਾਂ ਨਹੀਂ ਹੈਗੀ, ਸ਼ਰ ਨੇ ਤਾਂ ਫੱਟ ਚੱਕ ਤੇ ਬਾਹਲੀ ਛੇਤੀ ਪੜੀਆਂ ਲੈਣਾ। ਮੈਂ ਤਾਂ ਡਾਕਟਰ ਨੂੰ ਕਿਹਾ, ਮੈਂ ਕਿਹਾ ਡਾਕਟਰ ਜਿਹੜੇ ਤੁਹਾਡੇ ਸ਼ੀਸ਼ੇ ਨਹੀਂ ਲੱਗੇ ਹੋਏ ਵਿੰਡੋਜ਼, ਮੈਂ ਕਿਹਾ ਵਿੰਡੋਜ਼ ਤੋਂ ਬਾਹਰ ਜਿਹੜੇ ਤੁਹਾਡੇ ਬੋਰਡ ਲੱਗਣ, ਮੈਂ ਇੱਥੇ ਬੈਠੀ ਪੜ ਕੇ ਉਹ ਬਰੀਕ ਅੱਖਰ ਵਾਲਾ ਦੱਸ ਸਕਦੀ ਆ ਵੀ ਮੋਬਾਈਲ ਨੰਬਰ ਵੀ ਕਿੰਨਾ ਲਿਖਿਆ ਹੋਇਆ। ਤੇ ਡਾਕਟਰ ਕਹਿੰਦਾ ਵਾਓ, ਡਾਕਟਰ ਨੇ ਕੁਛ ਨਹੀਂ ਕਿਹਾ, ਡਾਕਟਰ ਡਾਕਟਰ ਮੇਰੇ ਕੰਨ ਨਹੀਂ ਦੇਖਿਆ, ਕਹਿੰਦਾ ਤੂੰ ਕਿਵੇਂ ਕੱਟਦਾ। ਚਲੋ ਚੱਲੀਏ। ਊਂ ਚਾਹੇ ਸ਼ਰਨ ਨੂੰ ਅੱਖਾਂ ਤੋਂ ਦਿਖਦਾ ਨਹੀਂ, ਸੂਟ ਰੋਜ਼ ਹੀ ਕੱਢ ਲੈਂਦੀ ਆ ਇੱਕ ਅੱਧਾ ਅਲਮਾਰੀ 'ਚੋਂ ਜੀ, ਆਹ ਲੋਟ ਕਰਾਉਣਾ, ਫਿਟਿੰਗ ਕਰਾਉਣੀ ਆ। ਅੱਜ ਵੀ ਹੋਰ ਹੀ ਕਾਲੇ ਆ ਸੂਟ ਪਾਈ ਫਿਰਦੀ ਆ, ਹੁਣ ਅੱਜ ਕੀ ਕਰਾਉਣਾ ਉਰੋਂ? ਇੱਕ ਸੂਟ ਥੋੜਾ ਜਿਹਾ ਵੱਧ ਭੀੜਾ ਹੋ ਗਿਆ, ਉਹ ਖੁੱਲ੍ਹਾ ਕਰਾਉਣਾ। ਇੱਕ ਦਾ ਥੋੜਾ ਜਿਹਾ ਨੈੱਕ ਉਹ ਕਰਾਉਣਾ, ਇੱਕ ਦੀਆਂ ਨਾ ਬਾਹਾਂ ਭੀੜੀਆਂ ਨੇ, ਉਹਦੀਆਂ ਬਾਹਾਂ ਖੁੱਲ੍ਹੇ ਕਰਾਉਣੀਆਂ ਨੇ। ਇੱਕ ਮੇਰੀ ਡਰੈਸ ਜੀ ਪਈ ਆ, ਜਿਹੜਾ ਬੰਦਾ ਪਤਲਾ ਮੋਟਾ ਛੇਤੀ ਛੇਤੀ ਹੁੰਦਾ ਉਹ ਵੀ ਔਖਾ ਹੀ ਆ, ਕੱਪੜੇ ਟਾਈਟ ਕਰਾਉਣੇ ਹੀ ਪੈਂਦੇ। ਹਾਂਜੀ, ਇੱਕ ਡਰੈਸ ਦਿੱਤੀ ਹੋਈ ਸੀਗੀ, ਉਹ ਸੈਟਿੰਗ ਮਤਲਬ ਚੈੱਕ ਕਰ ਲੂੰਗੀ, ਜੇ ਉਹ ਸਹੀ ਕਰਤੀ ਹੋਈ ਉਹ ਲੈ ਜੂੰਗੀ। ਹਲੇ ਕਹਿ ਦਿੰਦੇ ਸ਼ਾਨੂ ਕੋਲ ਸੂਟ ਨਹੀਂ ਹੈਗੇ, ਅਸੀਂ ਅਲਮਾਰੀ ਦੂਜੀ ਲੈਣ ਨੂੰ ਫਿਰਦੇ ਹਾਂ। ਕਮਰੇ 'ਚ ਆਪਣੇ 3 ਅਲਮਾਰੀਆਂ ਨੇ, ਮੈਨੂੰ ਪਤਾ ਜੀ, ਉਹ ਵੀ ਬਾਹਲੀਆਂ ਵੱਡੀਆਂ ਵੱਡੀਆਂ। ਘਰੋਂ ਚਾਹੇ ਥੋੜ੍ਹਾ ਜਿਹਾ ਸਮਾਨ ਲੈਣ ਨੂੰ ਨਿਕਲੋ, ਸ਼ੋਪਿੰਗ ਵੱਧ ਹੀ ਹੋ ਜਾਂਦੀ ਆ। ਹੁਣ ਅਸੀਂ ਉਰੇ ਮੋਹਰ ਵਾਲਿਆਂ ਦੇ ਰੁਕ ਗਏ ਤੇ ਅੰਗਦ ਵਾਸਤੇ ਸਟੱਫ ਲੈ ਰਹੇ ਹਾਂ, ਚੱਲ ਫਿਰ ਉਧਰਲੀ ਆਈਲ 'ਚ। ਸਾਨੂੰ ਉਰੇ ਜੀ ਲੁਧਿਆਣੇ ਤੋਂ ਆਏ ਹੋਏ ਆਂਟੀ ਜੀ ਮਿਲੇ ਨੇ ਉਰੇ, ਅਸੀਂ ਤਾਂ ਨਿਕਲਣ ਲੱਗੇ ਸੀਗੇ, ਆਂਟੀ ਉਹਨਾਂ ਨੇ ਦੇਖ ਲਿਆ। ਨਾਲੇ ਤੁਹਾਡਾ ਬੇਟਾ ਵੀ ਦੇਖ ਲੂ। ਹਾਂ, ਮੇਰਾ ਬੇਟਾ ਵੀ ਦੇਖੂਗਾ। ਆਂਟੀ ਉਹ ਕੀ ਕਰਦਾ ਉੱਥੇ, ਪੜਦਾ ਹਲੇ ਕਾ? ਨਹੀਂ, ਉਹ ਕੰਸਟਰਕਸ਼ਨ ਕੰਪਨੀ ਸੁਪਰਵਾਈਜ਼ਰ ਆ। ਠੀਕ ਆ ਜੀ, ਯੂਨੀਵਰਸਿਟੀ ਆਫ ਠੀਕ ਆ ਠੀਕ ਆ, ਉੱਥੇ ਜੌਬ ਕਰਦਾ। ਮਾਸਟਰ ਡਿਗਰੀ ਕੀਤੀ ਹੋਣੀ ਆ ਫਿਰ ਉਹਨੇ? ਮਾਸਟਰ ਕਰੀ ਆ ਸਿਵਲ।
अंगद नूं घरी छड्ड गए सी, अंगद सुत्ता पिया सी, फिर अंगद उठ खड़िया सीगा, अगे मोटरसाइकिल खड़े ने। ओ आंदा आए 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 आ चक्कियो जी। हां बैठो बस्तु, ਇਹ ਕੱਲਾ ਹੀ ਬੈਠੂਗਾ? ਹਾਂ ਕੋਈ ਨਾ, ਬਹਿ ਜਾ। ਹਾਏ ਸ਼ੋਨੀ, ਹਾਏ ਮੈਂ ਬਰਾਗ ਗਿਆ ਮੰਮੀ ਨੂੰ ਆਪਦੀ ਨੂੰ। ਹਾਂ ਬਹਿ ਜਾ। ਡੈਡੀਆਂ ਨੂੰ ਵੀ ਪੁੱਛ ਲਿਆ ਕਰੋ ਜਵਾਕੋ। ਮੰਮੀ ਕਿਉਂ ਨਾ ਆ ਜਾ, ਤੂੰ ਵੀ ਆ ਜਾ, ਕਹਿੰਦਾ ਉਰੇ ਆ ਜਾ। ਮੰਮਾ ਇਹ ਕੀ ਸੀ? ਇਹ ਕਹਿੰਦਾ ਮੰਮੀ ਵੀ ਆ ਜਾਵੇ। ਅੱਛਾ ਚੱਲ ਲਾ ਲਾ ਕੁੰਡਾ। ਦੇਖੋ ਆ ਲਾ ਲਾ, ਜਿਵੇਂ ਤਿਲਕ ਲਾਈ ਫਿਰਦਾ ਹੁੰਦਾ ਮਨਰਾਜ, ਦੇਖੋ ਮੱਛੇ ਚ ਦੇਖੋ। ਭਈਆ ਡੋਰ ਲੱਗ ਦੇ ਨਾ ਭਈਆ। ਆ ਤਿਲਕ ਕਿੱਥੋਂ ਆਇਆ? ਆ ਕੀ ਮੱਥੇ ਤੇ ਕੀ ਲੱਗਿਆ? ਹੈ ਦਿਖਾ ਦਿਖਾ। ਲੈ ਕਿੱਥੇ ਗਿਆ ਸੀਗਾ? ਟਿਊਸ਼ਨ ਤੇ। ਕਿਹਦੇ ਨਾਲ ਜਾ? ਇਹਨਾਂ ਦੇ। ਹੈ ਪੂਜਾ ਸੀ। ਪੂਜਾ ਕੌਣ ਸੀ? ਕਿੱਥੇ ਸੀ ਪੂਜਾ? ਇਹ ਭਈ ਇਸ ਉਮਰ ਮੈਂ ਪਤਾ ਨਹੀਂ ਲੱਗਦਾ ਕਿ ਕਹਾਂ ਪੇ ਪੂਜਾ ਹੋ ਰਹੀ ਹੈ ਜਾਂ ਆਰਤੀ ਹੋ ਰਹੀ ਹੈ, ਕੁਝ ਨਹੀਂ ਪਤਾ ਲੱਗਦਾ। ਹਾਂ ਜੀ ਕੀ ਆ? ਹਾਂ ਕਹਿੰਦਾ ਬਸ ਸਟਾਪ ਕਰ ਦੋ ਡੈਡੀ। ਸਟਾਪ ਕਰ ਦਈਏ? ਸਟਾਪ ਪਾਰੀ ਕਿੱਥੇ ਰਹਿਣਾ ਸੀ? ਪਾਰੀ ਪਾਰੀ ਕਹਿ ਦਾਂ ਨੂੰ ਦੇਖ ਕੇ ਮੈਂ ਕੱਢਦਾ। ਮੈਨੂੰ ਤਾਂ ਜਦੀ ਆਉਣ ਸਾਨੂੰ ਮਿਲ ਕੇ ਪਾਰੀ ਕਹਿਣਾ ਨਹੀਂ ਲੈ ਆਪਾਂ ਵੀ ਕਰ ਲਈ। ਘਰੇ ਆਇਆ ਵੀ ਹੋਇਆ ਸੀਗਾ ਜੀ ਕੋਈ, ਜਦੋਂ ਅਸੀਂ ਪਹੁੰਚੇ ਤੇ ਅੱਜ ਮੈਂ ਖੇਡਣ ਵੀ ਨਹੀਂ ਗਿਆ ਹੈਗਾ, ਕਿਉਂਕਿ ਇੱਕ ਤਾਂ ਸ਼ਰਨ ਦੀ ਛੋਟੀ ਮੋਟੀ ਸ਼ੋਪਿੰਗਾਂ ਨੇ ਮੈਨੂੰ ਲੇਟ ਕਰਾਤਾ। ਹਾਂ ਵੈਸੇ ਵੀ ਯਾਰ ਸੱਚੀ ਅੱਜ ਇੰਨੀ ਜ਼ਿਆਦਾ ਠੰਡ ਆ, ਹੁੱਡੀ ਵੀ ਥੋੜ੍ਹੀ ਜਿਹੀ ਪਤਲੀ ਆ, ਮੇਰੇ ਥੱਲੇ ਪਤਲੀ ਟੀ ਸ਼ਰਟ ਪਾਈ ਆ, ਪਰ ਅੱਜ ਬਹੁਤ ਜ਼ਿਆਦਾ ਠੰਡ ਆ। ਜਿਹੜੀ ਮੇਰੀ ਸਭ ਤੋਂ ਵਧੀਆ ਟੋਪੀ ਆ ਨਾ ਜਿਹਦੇ ਨਾਲ ਮੇਰਾ ਸਿਰ ਨਹੀਂ ਘੁੱਟਦਾ, ਉਹ ਧੋਣ ਨੂੰ ਰੱਖੀ ਹੋਈ ਆ। ਆ ਇਹਦੇ ਵਿੱਚ ਮੇਰਾ ਕਈ ਵਾਰ ਸਿਰ ਘੁੱਟ ਜਾਂਦਾ, ਮੈਂ ਲਾ ਕੇ ਹੁਣ ਸ਼ਾਲ ਲਿਆ ਗਾ। ਤੇ ਉੱਥੋਂ ਬਸ ਕੁਛ ਨਹੀਂ, ਇਹਨੇ ਸ਼ੋਪਿੰਗ ਕੀਤੀ ਆ, ਵਾਰਮਰ ਲਏ ਨੇ, ਅਜਾ ਫੇਸ ਵਾਸ਼ ਹੋ ਗਿਆ, ਛੋਟੀ ਮੋਟੀ ਸ਼ਾਪਿੰਗ ਤੇ ਉਸ ਤੋਂ ਬਾਅਦ ਲੈ ਲਈ ਅਸੀਂ ਅੰਗਦ ਦੇ ਡਾਇਪਰ ਲੈ ਲਏ, ਮੋਰ ਸੁਪਰਮਾਰਕਟ ਤੇ ਕੋਰ ਅਸੀਂ ਰੈਸਪੀ ਬਣਾਉਣੀ ਆ, ਥੋੜਾ ਜਿਹਾ ਉਹਦਾ ਸਮਾਨ ਲਿਆ ਸੀਗਾ, ਬੀਟਰੂਟ ਜੇ ਲਏ ਸੀ। ਬਾਕੀ ਵਧੀਆ ਗੱਲ ਇਹ ਆ ਜੀ ਵੀ ਅੱਖ ਸ਼ਰਨ ਦੀ ਵੈਸੇ ਠੀਕ ਹੋ ਗਈ ਸੀ ਉਹਦੇ ਘੰਟੇ ਦੇ ਵਿੱਚ, ਐਵੇਂ ਇਹਨੇ ਮੇਰਾ ਵਾਧੂ ਗੇੜਾ ਲਵਾਇਆ। ਨਹੀਂ ਵਾਧੂ ਗੇੜਾ ਨਹੀਂ, ਮੈਨੂੰ ਲੱਗਦਾ ਅਸਲ ਦੇ ਵਿੱਚ ਕਹਿੰਦੇ ਸੀ ਵੀ ਅਗਲੀ ਵਾਰ ਨਾ ਕੁਛ ਐਵੇਂ ਵਧ ਨਾ ਜਾਵੇ ਪਹਿਲੇ ਦਿਖਾ। ਹਾਂ ਮੈਨੂੰ ਲੱਗਦਾ ਅਸਲ ਦੇ ਵਿੱਚ ਇਹ ਸ਼ਾਪਿੰਗ ਹੀ ਕਰਨਾ ਚਾਹੁੰਦੇ ਸੀ। ਇਹ ਸੂਟ ਜੇ ਵੀ ਇਹਨੇ ਦੋ ਤਿੰਨ ਲੋਟ ਕਰਾਉਣ ਨੂੰ ਦਿੱਤੇ ਨੇ, ਇੱਕ ਮੇਰੀ ਡਰੈਸ ਸੀਗੀ ਸੈੱਟ ਕਰਾਉਣ ਵਾਲੀ, ਉਹਦੀ ਉਹਨਾਂ ਨੇ ਬਾਹਾਂ ਜੀਆਂ ਲਾਤੀਆਂ ਇਹਨੂੰ, ਪਰ ਪਸੰਦ ਨਹੀਂ ਆਈਆਂ, ਕਹਿੰਦੀ ਪਤਾ ਨਹੀਂ ਹੋਰ ਤਰੀਕੇ ਦੀਆਂ ਬਾਹਾਂ ਜੀਆਂ ਲਾਓ। ਨਹੀਂ ਮੈਨੂੰ ਪਸੰਦ ਤਾਂ, ਮੈਨੂੰ ਨਾ ਪਰਸਨ, ਮੈਨੂੰ ਨਾ ਡਰੈਸਾਂ ਹੀ ਇੰਨੀਆਂ ਵਧੀਆ ਲੱਗਦੀਆਂ, ਜਿਹੜੀ ਗੱਲ ਸੂਟ 'ਚ ਬਣਦੀ ਆ ਨਾ ਬਾਬੇ, ਇਹ ਸਲਵਾਰ ਮੇਰੀ ਪਰਸਨਲ ਪ੍ਰੈਫਰੈਂਸ ਆ। ਮੈਂ ਇਹ ਸ਼ਾ ਸਲਵਾਰ ਸੂਟ ਪਾ ਕੇ ਰੱਖੇ ਜੀ, ਹੋਰ ਕੰਮ ਤੇ ਵੀ ਸਲਵਾਰ ਸੂਟ ਪਾ ਕੇ ਜਾਵਾਂ, ਸਿਕਿਉਰਿਟੀ ਦੀ ਜੌਬ ਤੇ ਸਲਵਾਰ ਸੂਟ। ਹਾਂ ਕਿੰਨਾ ਵਧੀਆ ਵਾ, ਸੋਹਣੇ ਲੱਗਦੇ, ਮੈਨੂੰ ਸੋਹਣੇ ਲੱਗਦੇ ਆ ਬਸ, ਬਾਕੀ ਹਰੇਕ ਦਾ ਅਲੱਗ ਅਲੱਗ ਆਪਦੀ ਪਸੰਦ ਹੁੰਦੀ ਹੈ ਨਾ। ਵਧੀਆ ਤਾਂ ਲੱਗਦੇ ਨੇ ਜੀ ਸਲਵਾਰ ਸੂਟ, ਇਹ ਤਾਂ ਗੱਲ ਹੈਗੀ ਆ। ਤੇ ਜਦੋਂ ਆਈ ਨਾ ਮੈਂ, ਮਤਲਬ ਅੰਗਦ ਮੈਨੂੰ ਭੱਜ ਕੇ ਮਿਲਿਆ, ਉਹਨੂੰ ਇੰਨੀ ਖੁਸ਼ੀ ਹੋਈ। ਵੈਸੇ ਮਨਰਾਜ ਦਾ ਇੰਨਾ ਪਿਆਰ ਕਰਦਾ, ਮਤਲਬ ਆਟੋਮੈਟਿਕਲੀ ਉਹਨੂੰ ਸ਼ੁਰੂ ਤੋਂ ਮਨਰਾਜ ਦਾ ਬਹੁਤ ਪਿਆਰ ਆ ਹਨਾ। ਮੰਮੀ ਕਹਿੰਦੇ ਜਦੋਂ ਤੁਸੀਂ ਚਲੇ ਗਏ ਸੀ ਉਹਦੇ ਉੱਠ ਖੜਾ ਸੀ ਅੰਗਦ, ਉਦੋਂ ਬਾਅਦ ਬਸ ਮੰਮੀ ਹੋਣੇ ਉਹਨੂੰ ਇੱਥੇ ਦੁਕਾਨ ਤੇ ਲੈ ਗਏ, ਉਹ ਚੀਜ਼ ਕਾਫੀ ਦਵਾ ਤੇ ਉਹ ਖਾਈ ਗਈ। ਉਂਗਲੀ ਫੜ ਕੇ ਨਾ ਮਨਰਾਜ ਹੀ ਭੱਜ ਕੇ ਮਿਲਿਆ ਮੈਨੂੰ ਐਨ, ਤੇ ਪਾਰੀ ਕੀਤੀ ਫਿਰ ਗੱਡੀ ਦੇ ਵਿੱਚ। ਮੈਨੂੰ ਹਜੇ ਕਹਿੰਦਾ ਸੀਗਾ ਵੀ ਮੈਨੂੰ ਤਾਰ ਦੇ ਕਿਉਂ ਗੱਡੀ ਦੇ ਵਿੱਚ, ਮੈਨੂੰ ਨਹੀਂ ਮਿਲਿਆ। ਮਿਲਿਆ ਸੀਗਾ ਜੀ, ਉਹਨੇ ਪਾਰੀ ਕੀਤੀ ਸੀ, ਤੁਹਾਨੂੰ ਕੀਤੀ ਸੀਗੀ, ਮਿਲਿਆ ਸੀਗਾ। ਗੱਭਰੂ ਆ ਗਿਆ, ਕਹਿੰਦੇ ਗੱਭਰੂ ਆ ਗਿਆ, ਆਏ ਹਾਏ 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 ਸ਼ੋਣੀ ਏ। ਤੇ ਆ ਜਿਹੜੀ ਸ਼ਰਨ ਕੋਟੀ ਜੀ ਨਹੀਂ ਪਾਈ ਫਿਰਦੀ ਹੈਗੀ? ਹਾਂ ਪੁੱਤ, ਸਲੀਵਲੈਸ ਸਵੈਟਰ ਖੜ ਜਾ। ਹਾਂ ਇਹ ਮੇਰੀ ਸੀਗੀ, ਇਹਨੇ ਪਾ ਲਈ, ਇਹ ਤੁਹਾਡੀ ਨਹੀਂ ਸੀ, ਮੈਨੂੰ ਦਿੱਤੀ ਗਈ ਸੀਗੀ। ਮੈਨੂੰ ਝੂਠ ਬੋਲਿਆ ਗਿਆ, ਮੈਂ ਐ ਨਹੀਂ ਕਿਹਾ ਸੀ, ਉਹਨਾਂ ਨੇ ਤੁਹਾਨੂੰ ਐ ਕਿਹਾ ਸੀ ਜਦੋਂ ਪਹਿਲੀ ਵਾਰ ਉਹਦੇ ਆਈ ਨੀ। ਮੰਮੀ ਕਹਿੰਦੇ ਕਿਹਨੂੰ ਦੇ ਸਕਦੇ ਆਂਗੇ ਉਹਨੂੰ, ਅੰਦਰ ਹੀ ਲਾ ਠੰਡ। ਮੰਮੀ ਕਹਿੰਦੇ 6 ਮਹੀਨੇ ਲਾ ਕੇ ਮੈਂ ਹੌਲੀ, ਉਹ ਐਨਕਾਂ ਲਾਉਂਦੇ ਨਹੀਂ ਹੈਗੇ, ਐਂ ਬੁਣਦੇ ਨੇ, ਨਾਲੇ ਨਿਗਾ ਘੱਟ ਆ। ਤੇ ਉਹਨਾਂ ਨੇ 6 ਮਹੀਨੇ ਚ ਬੁਣੀ ਤੇ ਮੈਨੂੰ ਬਹੁਤ ਪਸੰਦ ਆਈ, ਕਹਿੰਦੇ ਮਨਿੰਦਰ ਦੇ ਆ ਜੂਗਾ। ਮੈਂ ਕਿਹੜਾ ਪਾਉਣੀ ਆ, ਮੈਂ ਤਾਂ ਵੈਸੇ ਹੀ ਦੇਖਣਾ ਸੀ ਵੀ ਸ਼ਰਨ ਦਾ ਐਕਸਪ੍ਰੈਸ਼ਨ ਕਿਵੇਂ ਹੁੰਦਾ ਹੈ। ਕਿਹਾ ਤਾਂ ਉਹਨਾਂ ਨੇ ਪਹਿਲਾਂ ਤੁਹਾਨੂੰ ਸੀ ਵੀ ਮਨਿੰਦਰ ਦੇ ਆ ਜੂ ਜੀ, ਪਰ ਫਿਰ ਮੈਂ ਰੱਖ ਲਈ ਜੀ ਤੇ ਮੈਂ। ਆਹ ਆਹ ਨਵੀਆਂ ਜਰਾਬਾਂ ਨੇ ਉਹ ਪਾ ਲੀਆਂ? ਹਾਂ ਹੁਣ ਸਾਰੀ ਪਾ ਲੀਆਂ। ਆਹ ਸਾ ਜਰਾਬਾਂ ਵੀ ਲੈ ਕੇ ਆਈਆਂ, ਪਾਣੀ ਹੋਤੀਆਂ ਨੇ ਦੇਖਿਓ ਅੰਦਰ, ਇਹਦੇ ਫਰ ਇਹਦੇ ਅੰਦਰ ਫਰ ਲੱਗੀ ਹੋਈ ਆ। ਬਾਏ ਕਰ ਦੋ ਪੁੱਤ, ਬ੍ਰਸ਼ ਹੁਣ ਇਹਦੀ ਲੋਕੇਸ਼ਨ ਆ, ਇਹ ਪਤਾ ਬ੍ਰਸ਼ ਕਿੱਥੇ ਰੱਖੂਗਾ ਇੱਥੇ। ਹਾਂ ਆ ਤੀਜੀ ਪੌੜੀ ਤੇ ਮੇਰਾ ਸਿਖਾਇਆ ਹੋਇਆ ਜਿਵੇਂ ਓਵੇਂ ਓਵੇਂ ਖੇਡਦਾ। ਕੀ ਕਰਦਾ ਤੇਰੇ ਤੇ ਸਟੇਸ਼ਨ ਹੈ, ਤੂੰ ਬੂਟ ਪਾਲਿਸ਼ ਕਰਦਾ।
ਰੋਟੀ ਹੱਕ ਦੀ ਖਾਈਏ ਜੀ, ਰੋਟੀ ਮੰਮੀ ਕੋਲੋਂ ਖਾਈਏ ਜੀ, ਭਾਵੇਂ ਬੂਟ ਬਲ ਜਾ ਕਰੀਏ, ਉਹ ਲੱਗ ਗਿਆ ਕਿਉਂ ਟਕਾਉਂਦਾ। ਓਕੇ ਜੀ, ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ।